वाहिगुरु जी का खालसा वाहिगुरू जी की फतेह जी। सो जी अज जामनगर पहला समागम है, कीर्तन समागम, अलौकिक कीर्तन समागम, तो सतगुरों की बख्शिश नाल जा रहे हैं। तो मालक दे अगे अरदास है कि कृपा करके कीर्तन की सेवा आप लै लैन जी। तो संगत पहुँच गई हुई है जी, सारे वीर असी तैयार हैं जी। तो कैमरे ते ने प्रभजोत सिंह जी दिखा दो। हेलो जी, वाहेगुरु जी का खालसा। हाँ बच्ची मेहर कौर बहुत प्यारा कीर्तन करती है। वाहेगुरु जी का खालसा वाहेगुरु जी। चलते हैं जी, आओ जी। खालसा वाहेगुरु जी फतेह जी। कीर्तन चावे ਡਿੱਗਦੇ ਟੈਂਦੇ ਅਸੀਂ ਫਿਰ ਕੁਛ ਬਣਾ ਹੀ ਲਿਆ ਭਟੂਰੇ ਫਾਈਨਲੀ। ਅਸੀਂ ਗੱਲ ਕਰੋ ਹੁਣੀ, ਮੈਂ ਚੱਲ ਜਾਂਦਾ ਕਿਚਨ 'ਚ। ਸੀਗਾ ਕੋਲ ਵੈਸੇ, ਪਤਾ ਨਹੀਂ ਬਣਿਆ ਕਿ ਨਹੀਂ। ਵਾਹ ਜੀ ਵਾਹ, ਸ਼ੁਕਰ ਹੈ, ਚਲੋ ਕੁਝ ਨਾ ਕੁਝ ਬਣ ਗਿਆ। ਸਾਰਿਆਂ ਨੇ ਮੈਨੂੰ ਫੋਨ ਵੀ ਆਇਆ, ਮੈਸੇਜ ਆਇਆ ਵੀ ਆ ਕੀ ਕੀਤਾ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ 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 ਜੀ ਅਜੀ ਥੋੜ੍ਹੀ। ਹਾਂਜੀ ਥੋੜ੍ਹੀ ਬਸ ਜੀ ਫਤਿਹ। ਸਹੀ ਗੱਲ ਆ।
ਅਮਨ ਵੀ ਸਿਮਰਨ ਜਾਓ ਤੁਸੀਂ ਜਾਓ ਜਾਓ ਕਸਤੂਰੀ ਕਸਤੂਰੀ ਵਾਲਾ ਬੈਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਦਿਓ ਅਪਡੇਟ ਪਤਾ ਨਹੀਂ ਇਹ ਵਲੌਗ ਕਿੱਦਾਂ ਦਾ ਬਣ ਰਿਹਾ ਇਹ ਤਾਂ ਐਡੀਟਿੰਗ ਵੇਲੇ ਪਤਾ ਲੱਗੇਗਾ ਵੀ ਕੁਛ ਬਣਿਆ ਵੀ ਹੈ ਕਿ ਨਹੀਂ ਐਸ ਕੀ ਟੁੱਟਣਾ ਜਾਂ ਬਣ ਰਿਹਾ ਇੰਗਲੈਂਡ ਤੋਂ ਜਦੋਂ ਦੇ ਆਏ ਵਲੌਗ ਨਹੀਂ ਸਾਡੇ ਕੋਲ ਬਣ ਰਿਹਾ ਚੱਜ ਦਾ ਅਤੇ ਅਸੀਂ ਜਾ ਅੱਜ ਵਧੀਆ ਬਣੇਗਾ ਕਿਉਂਕਿ ਅੱਜ ਭਰਜਾਈ ਜੀ ਦਾ ਬਰਥਡੇ ਇਹ ਤਾਂ ਮੈਂ ਪਹਿਲਾਂ ਕੱਟਾਂ ਸੋ ਅਸੀਂ ਜਾ ਰਹੇ ਹਾਂ ਜੀ ਕੀਰਤਨ 'ਤੇ ਸਤਿਗੁਰਾਂ ਦੀ ਬਾਣੀ ਦਾ ਆਨੰਦ ਲੈਣ ਲਈ ਸਤਿਗੁਰਾਂ ਦੀ ਉਸਤਤ ਸਿਫਤ ਸਲਾਹ ਕਰਨ ਲਈ ਬਹੁਤ ਸੋਹਣੇ ਸਮਾਗਮ ਚੱਲ ਰਿਹਾ ਹੈ ਅਤੇ ਚਲੋ ਚੱਲੀਏ ਜੀ ਇਸਤਰੀ ਸਤਸੰਗ ਦੀ ਬੀਬੀ ਹੈਗੀ ਗੁਰਦੁਆਰੇ ਵਿੱਚ ਕਾਫੀ ਸੇਵਾ ਕਰਦੀ ਹੈਗੀ ਨਾਮ ਜਪਦੀ ਹੈ ਸੰਗਤਾਂ ਨੂੰ ਜਪਾਉਂਦੀ ਹੈਗੀ ਬੀਬੀ ਵਾਹ ਨਾ ਸਮਝਾਈਏ ਕਿ ਭਾਈ ਇਹਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਹਨ ਵਲੌਗ ਬਣਾਓ ਵਲੌਗ ਬਣੇ ਨਹੀਂ ਇਹਨੇ ਬਣਾਇਆ ਸਾਰਾ ਅੱਛਾ ਹੋਰ ਕੀ ਮੇਅਰ ਕੌਰ ਨੇ ਨਾ ਸਾਡੀ ਬਹੁਤ ਹੈਲਪ ਕੀਤੀ ਹੈ ਇਹਨੇ ਵਲੌਗ ਵੀ ਕੈਪਚਰ ਕਰਦੀ ਰਹੀ ਹੈ ਕੀਰਤਨ ਵੇਲੇ ਕਲਿਪਸ ਜਿੰਨੇ ਤੁਸੀਂ ਸੁਣੋਗੇ ਨਾ ਹੁਣ ਆ ਮੇਅਰ ਕੌਰ ਨੇ ਬਣਾਇਆ ਹੀਰਾ ਇਹ ਆਪਣਾ ਹੈ ਥੈਂਕ ਯੂ ਲਓ ਜੀ ਰਾਤ ਦੇ ਰਾਤ ਨਹੀਂ ਸਵੇਰ ਹੀ ਕਵਾਂ ਅੰਮ੍ਰਿਤ ਵੇਲਾ ਪੌਣੇ 4 3:38 ਹੋ ਗਏ ਆ ਟਾਈਮ ਦਿਖਾ ਦੇ ਆ ਦੇਖੋ ਓਹੋ ਇਹਦੇ ਪੁੱਠਾ ਤਾਂ ਨਹੀਂ ਦਿਖਦਾ ਸਿੱਧਾ ਦਿਖਦਾ ਅੱਛਾ ਅਤੇ ਅਸੀਂ ਜਾਮਨਗਰ 'ਚ ਆਏ ਹਾਂ ਗਾਠੀਆ ਖਾਣ ਕੌਣ ਹੈ ਹੈ ਲੈ ਕੇ ਕੌਣ ਆਇਆ ਭਾਅ ਜੀ ਲੈ ਕੇ ਆਏ ਇੱਧਰ ਦਿਖਾਓ ਮਾਰਾ ਪਰਮਵੀਰ ਭਾਅ ਜੀ ਕਹਿੰਦੇ ਤੁਹਾਨੂੰ ਗਾਠੀਆ ਖਿਲਾਉਣਾ ਗਾਠੀਆ ਸਵੇਰੇ ਕੀਰਤਨ ਤਾਂ ਹੈ ਨਹੀਂ ਆ
ਸੋਣਾ ਭੁੱਲ ਜਿਓ ਅਜੇ ਤੁਸੀਂ ਪੂਰੀ ਦਾ ਸਾਈਜ਼ ਵੇਖੋ ਇੱਕ ਪੂਰੀ ਦੀ ਇੱਕ ਬੁਰਕੀ ਬਣੇਗੀ ਹਾਂ ਵਾਹ ਆ ਇੱਕ ਪੂਰੀ ਫੜੀ ਹੈ ਨਾ ਠੰਡੀ ਪਾਵੇ ਫਿਰ ਨਹੀਂ ਠੰਡੀ ਨਹੀਂ ਆ ਦੇਖੋ ਗਰਮ ਪੜਨੀ ਵੀ ਗਰਮੀ ਹੈ ਐਨੀਥਿੰਗ ਫॉर ਗਗਨਦੀਪ ਸਿੰਘ ਬਸ ਰੱਖ ਦੇ ਭਰਾਵਾ ਹੱਥ ਚੜ ਗਿਆ ਸੋ ਇਹ ਵੀਰ ਦੇਖੋ ਇਹ ਸਾਰੀ ਰਾਤ ਲਗਾਉਂਦੇ ਆਪ ਸਾਰੀ ਰਾਤ ਲਗਾਤੇ ਹੈ 4 ਵਜੇ ਤੱਕ ਅੱਛਾ ਆ ਵੀ ਤਾਜ਼ਾ ਬਣਾਉਣਾ ਇਹਨਾਂ ਨੇ ਗਾਠੀਆ ਅੱਛਾ ਗਾਠੀਆ ਬਣਾਉਂਦੇ ਆ ਹਾਂ ਮਿਰਚਾਂ ਵੀ ਹੈ ਜੀ ਆਹ ਲਓ ਤੁਹਾਨੂੰ ਖਾਂਦੇ ਪੀਂਦੇ ਘਰ ਦੀ ਵੀ ਮਿਰਚ ਦਿਖਾਉਂਦੇ ਆ ਲੈ ਦੇਖੋ ਐ ਪੂਰੀ ਐ ਤਗੜੀ ਮਗਰ ਇਹ ਤਿੱਖੀ ਘੱਟ ਹੁੰਦੀ ਹੈ ਸਵਾਦ ਹੈ ਸਵਾਦ ਹੁੰਦੀ ਹੈ ਲਓ ਜੀ ਅਭੀ ਗਾਠੀਆਂ ਬਣੇਗਾ ਨਾ ਗਾਠੀਆਂ ਵੇਲ ਦਾ ਦੇਖੀ ਕਿੰਦਾ ਦੇਖੀ ਉਹ ਦੇਖੋ ਤਿਆਰੀ ਦੇਖਿਓ ਦੀ ਗਾਠੀਆਂ ਬਣ ਰਹਾ ਓ ਓ ਓ ਓ ਕਿਆ ਬਾਤ ਹੈ ਓ ਤੂੰ ਸੀਵੀਆਂ ਬਣਾਈਆਂ ਓ ਆ ਗਈਆਂ ਓ ਇੱਕੋ ਹੱਥ ਨਾਲ ਹੀ ਤੇ ਕੀ ਦੀ ਓ ਕਿਆ ਬਾਤ ਹੈ ਵਾਹ ਕਿਆ ਕੜਾਈ ਮੈਂ ਦੇਖੀ ਗੋਪਰੋ ਦਾ ਕੈਮਰੇ ਦਾ ਨਾ ਗਾਠੀਆਂ ਬਣ ਗਈ ਥੋੜਾ ਨਾ ਬਣਾ ਸਬਜੀ ਆਲੂ ਦੀ ਮਿੱਠੀ ਕਹਿੰਦੇ ਗੁਜਰਾਤ ਚ ਮਿੱਠਾ ਬਹੁਤ ਹਰ ਪਾਸੇ ਤੁਹਾਨੂੰ ਖਾਣ ਨੂੰ ਮਿਲਣਾ ਸਬਜੀ ਚ ਵੀ ਸਵੀਟ ਡਿਸ਼ ਤਾਂ ਹੁੰਦੀ ਹੋਈ ਹੈ ਮਿੱਠੀ ਸਬਜ਼ੀ 'ਚ ਵੀ ਸਵੀਟ ਡਿਸ਼ ਹੁੰਦੀ ਹੈ ਦਾਲ 'ਚ ਵੀ ਮਿੱਠਾ ਛੋਲਿਆਂ 'ਚ ਵੀ ਮਿੱਠਾ ਸਾਗ 'ਚ ਵੀ ਮਿੱਠਾ ਮਿੱਠੇ 'ਚ ਵੀ ਮਿੱਠਾ ਮਿੱਠੇ 'ਚ ਤਾਂ ਹੋਰ ਮਿੱਠਾ ਇਹ ਕੀ ਲੋਕੇਸ਼ਨ ਕੀ ਹੈ ਭਾਅ ਜੀ ਇਹ ਜਾਮਨਗਰ 'ਚ ਕਿਸ਼ੋਰ ਰਸ ਦੀ ਦੁਕਾਨ ਹੈਗੀ ਕਿਸ਼ੋਰ ਗੰਨੇ ਦਾ ਜੂਸ ਮਿਲਦਾ ਸਭ ਤੋਂ ਜ਼ਿਆਦਾ ਅੱਛਾ ਇਹ ਮਸ਼ਹੂਰ ਹੈ ਹਾਂ ਮਸ਼ਹੂਰ ਹੈਗਾ ਓਕੇ ਸੋ ਚੌਕ ਕਹਿੰਦੇ ਆ ਸੋ ਜੀ ਤੁਸੀਂ ਜਾਮਨਗਰ ਜਿਹੜੇ ਰਹਿੰਦੇ ਹੋ ਵੈਸੇ ਤਾਂ ਸਾਰਿਆਂ ਨੇ ਖਾਂਦਾ ਹੀ ਹੋਣਾ ਹੈ ਮਸ਼ਹੂਰ ਹੀ ਹੈ ਅਤੇ ਜੇ ਉਹ ਕੋਈ ਬਾਹਰੋਂ ਆਇਆ ਹੋਵੇ ਅਤੇ ਜੇ ਕਿਸੇ ਨੇ ਖਾਣਾ ਹੋਵੇ ਗਾਠੀਆ ਤਾਂ ਤੁਸੀਂ ਇੱਥੇ ਆ ਕੇ ਖਾ ਸਕਦੇ ਹੋ ਭਾਅ ਜੀ ਨੇ ਤੁਹਾਨੂੰ ਦੱਸਤਾ ਹਾਂ ਲੋਕੇਸ਼ਨ ਜਾਮਨਗਰ 'ਚ ਇਹ ਹੈ ਜੀ ਦੇਸੀ ਡਾਇਨਿੰਗ ਇਹ ਡਾਇਨਿੰਗ ਟੇਬਲ ਹੈ ਦੇਸੀ ਆਹਾਂ ਕਿਆ ਬਾਤ ਹੈ ਦਹੀਂ ਬਣਾ ਦਿਓ ਨਾ ਇੱਕ ਅਦੋ ਟੇਸਟ ਕਰਾ ਵੀ ਤਿੱਖਾ ਸੰਭਰ ਉਹਨੇ ਤਾਂ ਲੋ ਜੀ ਆ ਅਮਨ ਭਾਜੀ ਗਾਠੀਆਂ ਰੈਡੀ ਆ ਆਪਣਾ ਇਹਨੂੰ ਬਣਾਉਣਾ ਪੈਂਦਾ ਬਣਾ ਹਾਂਜੀ ਗਾਠੀਆਂ ਤੇ ਪੂਰੀ ਕੀ ਬਾਤ ਕੀ ਬਾਤ ਕਿਵੇਂ ਲੱਗਾ ਵੀਡੀਓ ਹੋਰ ਕਲੋਜ਼ ਕਲੋਜ਼ ਕਰੋ ਆਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਵੀਂ ਸਵੇਰ ਹੈ ਜੀ ਅਤੇ ਸਮਾਗਮਾਂ ਦੀ ਸਮਾਪਤੀ ਹੋ ਚੁੱਕੀ ਹੈ ਜਾਮਨਗਰ ਅਤੇ ਹੁਣ ਅੱਜ ਅਸੀਂ ਵਾਪਸ ਜਾ ਰਹੇ ਹਾਂ ਜੀ ਪੰਜਾਬ ਜਲੰਧਰ ਅਤੇ ਸਾਡੀ ਫਲਾਈਟ ਹੈ ਜੀ ਇੱਥੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਰੈਡੀ ਨੇ ਜੀ ਦੇਖੋ ਭਾਈ ਸਾਹਿਬ ਜੀ ਅਤੇ ਬਾਕੀ ਅਪਡੇਟਸ ਤੁਹਾਨੂੰ ਵਿੱਚ ਵਿੱਚ ਦਿੰਦੇ ਜਾਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਹਾਂ ਜੀ ਏਅਰਪੋਰਟ ਮੈਂ ਜਾ ਕੇ ਨਾ ਤੁਹਾਨੂੰ ਚੱਲ ਪਿਆ ਮੈਂ ਤੋਂ ਸਾਥ